ਸਮਝੋ ਅੱਜ ਪ੍ਰਮਾਤਮਾ ਨੇ ਤੇ ਕਿਰਪਾ ਕੀਤੀ ਇਹਦੇ ਮਾਂ ਬਾਪ ਵਾਚੇ ਨੇ ਉਹ ਬਸ ਕਰ ਹੁਣ ਤੂੰ ਮੇਰੇ ਨਾਲ ਚੱਲੀ ਕੋਈ ਗੱਲ ਨਹੀਂ ਯਾਰ ਤੇ ਗੱਲ ਤੇ ਖੁੱਲੀ ਉੱਟੀ ਹੈ ਤਾੜੀ ਮਾਰ ਦਿਓ ਬਾਬੇ ਦੇ ਨਾਂ ਤੇ ਸੁਣੋ ਮੇਰੇ ਕੋਲ ਬਿਠਾ ਦੇ ਮੇਰੀ ਕਰਕੇ ਆਇਆ ਇੰਨੀ ਐਡ ਤਾਂ 5 ਲੱਖ ਦੀ ਨਹੀਂ ਮਿਲਦੀ ਵੀ ਸਾਡਾ ਮੁੰਡਾ ਗੁਆਚ ਗਿਆ ਵੀ ਗੁਆਚੇ ਨਾ ਪ੍ਰਮਾਤਮਾ ਕਰਕੇ ਸ਼ਾਮ ਤੋਂ ਘਰੇ ਜ਼ਰੂਰ ਆ ਜਾਵੇ ਸੁਣੋ 23 ਮਾਰਚ 1931 ਜਦੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਫਾਂਸੀ ਸਜ਼ਾ ਹੋ ਜਾਂਦੀ ਹੈ ਤਾਂ ਹੁਣ ਹੀ ਜਾਣੀ ਕਿ ਮੌਤ ਅੱਖਾਂ ਸਾਹਮਣੇ ਖੜੀ ਡਰਾਵੇ ਦਿੰਦੀ ਹੈ ਕਹਿੰਦੀ ਮਾਂ ਦੇ ਅਸੂਰ ਮੈਂ ਐਡਾ ਬਣਨਾ ਹੰਕਾਰੀ ਤੂੰ ਵੀ ਮੇਰੇ ਮੂਹਰੇ ਝੁਕੇ ਦੁਨੀਆ ਮੇਰਾ ਬਣਨਾ ਵਪਾਰੀ ਤੇ ਅੱਗੇ ਭਗਤ ਸਿੰਘ ਕੀ ਲਲਕਾਰਦਾ ਹੈ ਕਹਿੰਦਾ ਮਾਂ ਦੀ ਇਹ ਹੋਣੀ ਨਹੀਂ ਤੂੰ ਤਾਂ ਦੁਨੀਆ ਡਰਾਈ ਹੋਈ ਹੈ ਰਾਤ ਨੂੰ ਬੰਦੇ ਦੇ ਬੱਖੀ 'ਚ ਦਰਦ ਹੋਣ ਲੱਗ ਜਾਵੇ ਬੁਖਾਰ ਵੱਧ ਚੜ ਜਾਵੇ ਬੰਦਾ ਭੱਜਿਆ ਜਾਂਦਾ ਡਾਕਟਰ ਕੋਲ ਡਾਕਟਰ ਸਾਹਿਬ ਚੱਲ ਜਿਓ ਟੀਕਾ ਲਾ ਦਿਓ ਕਿਤੇ ਉਹ ਕੰਮ ਨਾ ਹੋ ਜਾਵੇ ਜਿਹੜਾ ਗੁਆਂਢੀਆਂ ਦੇ ਬੁੜੇ ਨਾ ਹੋਇਆ ਸੀ ਬੰਦੇ ਮਰਨ ਤੋਂ ਬੜਾ ਡਰਦੇ ਉਹਨਾਂ ਸ਼ਹੀਦਾਂ ਨੂੰ ਸਦਾ ਸਲਾਮ ਹੈ ਜਿਹਨਾਂ ਨੇ ਸਾਡੀ ਖਾਤਰ ਸਾਡੇ ਦੇਸ਼ ਦੀ ਖਾਤਰ ਫਾਂਸੀ ਦੇ ਰਸਤੇ ਨੂੰ ਚੁੰਮਿਆ ਔਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਵੀ ਦੁਆਬੇ ਤੋਂ ਸੀ ਉਹਨਾਂ ਦੇ ਨਾਂ ਤੇ ਇੱਕ ਜ਼ੋਰਦਾਰ ਤਾੜੀਆਂ ਕਹਿੰਦਾ ਮਾਂ ਦੀ ਇਹ ਹੋਣੀ ਨਹੀਂ ਤੂੰ ਤਾਂ ਦੁਨੀਆ ਡਰਾਈ ਹੋਈ ਹੈ ਪਰ ਦੇਸ਼ ਨੂੰ ਯਾਦ ਕਰਨਾ ਜਿੰਦ ਤਲੀ ਤੇ ਹੋਈ ਹੈ ਕਾਈ ਹੋਈ ਹੈ ਮੈਂ ਪੇਸ਼ ਕਰ ਲਗੇ ਆ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹਾਂਜੀ ਜੀਤੀ ਬਹੁਤ ਵਧੇ ਕਲਾਕਾਰ ਵੀ ਆ ਸੈਕਟਰੀ ਸਾਹਿਬ ਤਾਂ ਹੈਗੀ ਆ ਸੋਮ ਕਿੱਧਰ ਚਲੇ ਗਿਆ ਘਰ ਨੂੰ ਚਲੇ ਗਿਆ ਲੱਗਦਾ ਬਹੁਤ ਵਧੀਆ ਪੱਤਰਕਾਰ ਸਾਡਾ ਛੋਟਾ ਵੀਰ ਕਿੱਥੇ ਅੱਛਾ ਅੱਛਾ ਥੋੜਾ ਜਿਹਾ ਬਟੂਏ ਦਾ ਖਿਆਲ ਰੱਖੀ ਕਿਤੇ ਭੇਜਣਾ ਜਾਵੇ ਕਈ ਸੂਰ ਮੇ ਤੋੜ ਗਏ ਦਮੇ ਤਾਂ ਤੇ ਮੇਰੇ ਖੋਪਰ ਦਾ ਦੀਵਾ ਬਣਾ ਦੇ ਆਜ ਜਾਂ ਮੇਰੇ ਸੀਨੇ ਦੀ ਚਰਬੀ ਨੂੰ ਅੱਗ ਲਾ ਕੇ ਇਸ ਮੰਦਰ ਦੀ ਜੋਤ ਜਗਾ ਲਿਆ ਜਾਂ ਮੇਰੀਆਂ ਹੱਡੀਆਂ ਪੀਸ ਕੇ ਕਲੀ ਵਾਂਗੂ ਇਸ ਮੰਦਰ ਦੀ ਸਫਾਈ ਕਰਾ ਦੇ ਆ ਜੇ ਜਾਂ ਮੇਰੇ ਖੂਨ ਦੇ ਨਾਲ ਗੋਪਾਲ ਮੇਰੇ ਉੱਚਾ ਇਸ ਦਾ ਖਲਸ ਸਜਾ ਦੇ ਆ ਜੇ ਉੱਚਾ ਇਸ ਦਾ ਖਲਸ ਹੁੰਦੇ ਹੋ ਕੱਪੜੇ
I'm gonna make you mine.
ਜੀ ਸਾਰੇ ਮਾਰੇ ਜਾਓ ਪੌੜੋ ਤਾਂ ਨਹੀਂ ਮਾਰੇ।
जी शुभ जी मेहरबानी शुभ जाना नहीं आत्मा जी तो बाद ईना सिंह बहुत ही खूबसूरत आवाज दी मलका बहुत हासिल करके पंजाब के कल्चर की खिदमत करते हैं उन्होंने के नाम एक बार जोरदार तालियां ला दो मंटू जी सम्मान सम्मान जैसे अदा हो रही है मैं जीती भाई ने बेनती करना आगे वाली हां जी हां जी थैंक यू मेहरबानी साडे जगह परवान जी और जसविंदर बंगा और सारे सत्कारयोग सज्जन आत्मा मुड्डे वालिया अमन रोज जी उन्होंने का सम्मान कर रहे हैं डॉक्टर साहब नाल ਸਵਾਗਤ ਮਿਹਰਬਾਨੀ ਹੈ ਬੜਾ ਧੰਨਵਾਦ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਟੀਮ ਦੇ ਸੇਵਾਦਾਰ ਟੀਮ ਜਨਾਂ ਵੱਲੋਂ ਮਾਣ ਪਿਆਰ ਦਿੱਤਾ ਗਿਆ ਔਰ ਸਾਡੇ ਮਿਸ ਲੀਲੀ ਚਾਵਲਾ ਸਾਹਿਬ ਜਲੰਧਰ ਤੋਂ ਸਪੈਸ਼ਲੀ ਜਿਹੜੇ ਪਿਆਰ ਕਰਦੇ ਨੇ ਲੋਕ ਗਾਇਕੀ ਨੂੰ ਪੰਜਾਬੀ ਲੋਕ ਗਾਇਕੀ ਨੂੰ ਖਾਸ ਤੌਰ ਤੇ ਪਹੁੰਚੇ ਹੋਏ ਨੇ ਜੀਆਂ ਨੂੰ ਔਰ ਸੋਮ ਜੀ ਹੰਸਰਾਜ ਬੰਗਾ ਜੀ ਬਾਬਾ ਜੀ ਵੱਲੋਂ ਇਹਨਾਂ ਦਾ ਵੀ ਸਨਮਾਨ ਹੋ ਰਿਹਾ ਮਤਰਾਣਾ ਦੇ ਸਾਢੂ ਸਾਹਿਬ ਹੰਸਰਾਜ ਪੰਗਾ ਜੀ ਜਸਵਿੰਦਰ ਪੰਗਾ ਜੀ ਇੰਗਲੈਂਡ ਤੋਂ ਅਸੀਂ ਇਹਨਾਂ ਤੋਂ ਬਾਅਦ ਭੋਲਾ ਕੋਮਲ ਜੀ ਜਗਦੀਸ਼ ਜੀ ਉਹ ਵੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਜਸਵਿੰਦਰ ਪੰਗਾ ਜੀ ਹੰਸਰਾਜ ਪੰਗਾ ਜੀ ਦਾ ਬਾਬਾ ਜੀ ਵੱਲੋਂ ਸਨਮਾਨ ਹੋ ਰਿਹਾ ਅਸੀਂ ਧੰਨਵਾਦੀ ਹਾਂ ਤਾਰੀ ਸਾਊਂਡ ਦੇ ਜਿਨ੍ਹਾਂ ਨੇ ਮੇਲੇ ਦੀ ਰੌਣਕ ਨੂੰ ਵਧਾਇਆ ਵਧੀਆ ਸਾਊਂਡ ਇਹਨਾਂ ਦਾ ਸਾਰੇ ਕਲਾਕਾਰਾਂ ਨੇ ਪਸੰਦ ਕੀਤਾ ਸ਼ੰਮੀ ਟੈਕ ਜੱਸੀ ਬੰਗਾ ਪ੍ਰਮੋਟਰ ਜੀ ਜਿਨ੍ਹਾਂ ਦੀ ਬਦੌਲਤ ਅੱਜ ਕਲਾਕਾਰਾਂ ਨੇ ਮੇਲੇ 'ਚ ਰੰਗ ਬੰਨਿਆ ਜੱਸੀ ਬੰਗਾ ਜੀ ਜਸਵਿੰਦਰ ਪੰਗਾ ਜੀ ਹੰਸਰਾਜ ਪੰਗਾ ਜੀ ਇੰਗਲੈਂਡ ਦਾ ਸੀ ਜਿਨ੍ਹਾਂ ਨੇ ਲੰਗਰ ਹਾਲੇ 2 ਲੱਖ ਰੁਪਇਆ ਦਿੱਤਾ ਬਾਬਾ ਜੀ ਵੱਲੋਂ ਸਨਮਾਨ ਹੋ ਰਿਹਾ ਸਾਡੇ ਦਰਮਿਆਨ ਪੱਤਰਕਾਰ ਮਹਿੰਦਰਪਾਲ ਜੀ ਅਜੀਤ ਅਖਬਾਰ ਤੋਂ ਮਨਦੀਪ ਸੰਧੂ ਜੀ ਅਜੀਤ ਅਖਬਾਰ ਤੋਂ ਰੱਤੂ ਸਾਹਿਬ ਜੀ ਸ਼ੋਕਰ ਸਾਹਿਬ ਜੀ ਸਾਡੇ ਸਟੇਜ ਸੈਕਟਰੀ ਸ਼ੁਕਰ ਸਾਹਿਬ ਆਓ ਜੀ ਲੈ ਲਓ ਆਪਣਾ ਸਨਮਾਨ ਤੁਸੀਂ ਵੀ ਸ਼ੰਮੀ ਟੈਂਟ ਹਾਊਸ ਬੰਗਾ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਇੱਥੇ ਸੇਵਾ ਕਰ ਰਹੇ ਟੈਂਟ ਦੀ ਲੋਕਾਂ ਨੂੰ ਬੇਨਤੀ ਹੈ ਕਿ ਵਿਆਹ ਸ਼ਾਦੀ ਦੇ ਮੌਕੇ 'ਤੇ ਟੈਂਟ ਚਾਹੀਦਾ ਹੋਵੇ ਸਾਊਂਡ ਚਾਹੀਦਾ ਹੋਵੇ ਤਾਰੀ ਸਾਊਂਡ ਬਿਲਕੁਲ ਸਸਤਾ ਵਧੀਆ ਮਜੀਸ਼ੀਅਨ ਤਾਂ ਪੈਸੇ ਪਾ ਲੈਂਦੇ ਇਹਨਾਂ ਨੂੰ ਵੀ ਮਨਦੀਪ ਸੰਧੂ ਜੀ ਅਖਬਾਰ ਅਜੀਤ ਤੋਂ ਮਹਿੰਦਰਪਾਲ ਜੀ ਅਜੀਤ ਅਖਬਾਰ ਸਟੇਜ ਸੈਕਟਰੀ ਸਾਡੇ ਸ਼ੋਕਰ ਸਾਹਿਬ ਜੀ ਲਾਡੀ ਸਟੂਡੀਓ ਵੱਡਾ ਘੁੰਮਣ ਜਿਹੜੇ ਸਾਰੇ ਮੇਲੇ ਦੀ ਫਿਲਮ ਬਣਾ ਰਹੇ ਆ ਫ੍ਰੀ ਸੇਵਾ ਕਰਦੇ ਆ ਇਹਨਾਂ ਤੋਂ ਫਿਲਮ ਜ਼ਰੂਰ ਲਿਆ ਕਰੋ ਦੇਖਿਆ ਕਰੋ ਘਰ ਬੈਠ ਕੇ ਮੇਲਾ ਸ਼ੰਮੀ ਟੈਂਟ ਹਾਊਸ ਦਾ ਕੋਈ ਬੰਦਾ ਆ ਕੇ ਲੈ ਜਾਓ ਮਹਿੰਦਰਪਾਲ ਜੀ ਪੱਤਰਕਾਰ ਅਜੀਤ ਅਖਬਾਰ ਤੋਂ ਮਨਦੀਪ ਸੰਧੂ ਜੀ ਰੱਤੂ ਸਾਹਿਬ ਜੀ ਇਹ ਵੀ ਆਪਣਾ ਸਮਾਲਨ ਤੇਜੀ ਜੀ ਸਿਟੀ ਕੇਬਲ ਤੋਂ ਜਿਨ੍ਹਾਂ ਨੇ ਇਸ ਮੇਲੇ ਦੀ ਦੂਰ ਦੂਰ ਤੱਕ ਕਵਰੇਜ ਕਰਕੇ ਦਿਖਾਲਣੀ ਹੈ ਤੇਜੀ ਸਾਹਿਬ ਜੀ ਉਹ ਵੀ ਆਪਣਾ ਸਮਾਲਨ ਮਨਦੀਪ ਸੰਧੂ ਜੀ ਰੱਤੂ ਸਾਹਿਬ ਜੀ ਅਸੀਂ ਧੰਨਵਾਦ ਕਰਦੇ ਹਾਂ ਦੀਪਾ ਭਰੋਲੀ ਤੋਂ ਜੋ ਬਹੁਤ ਸਾਰਾ ਮਾਣ ਦੇ ਕੇ ਗਏ ਆ ਦੀਪਾ ਭਰੋਲੀ ਤੋਂ ਜੀ ਅਸੀਂ ਧੰਨਵਾਦੀ ਹਾਂ ਜ਼ਿਲ੍ਹਾ ਲੁਧਿਆਣਾ ਤੋਂ
ਗਿੱਦੜੀ ਪਿੰਡ ਤੋਂ ਸਾਧ ਸੰਗਤ ਆਈ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਬਾ ਸੰਗਮ ਨਾਥ ਜੀ ਮਾੜੀ ਮੁਸਤਫਾ ਜ਼ਿਲ੍ਹਾ ਮੋਗਾ ਤੋਂ ਲੇਡੀ ਸਿੰਗਰ ਟੀਨਾ ਸਿੰਘ ਜੀ ਬਹੁਤ ਵਧੀਆ ਕਲਾਕਾਰ ਨੇ ਸਿਰਫ 5 ਮਿੰਟ ਲਈ ਜਗਦੀਸ਼ ਕੋਮਲ ਭੋਲਾ ਜੀ ਬਿਰਦੀ ਸਾਹਿਬ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਮੂਹ ਲੰਗਾ ਵਾਸੀ ਸਾਧ ਸੰਗਤ ਜੀ ਦਾ ਜਿਨ੍ਹਾਂ ਨੇ ਇਸ ਸਾਲਾਨਾ ਜੋੜ ਮੇਲੇ ਦੀ ਰੌਣਕ ਨੂੰ ਵਧਾਇਆ ਲਿੱਲੀ ਚਾਵਲਾ ਜੀ ਲਿੱਲੀ ਚਾਵਲਾ ਜੀ ਮਹਾਨ ਸ਼ਖਸੀਅਤਾਂ ਇਸ ਮੇਲੇ ਵਿੱਚ ਬਹੁਤ ਹੀ ਖੂਬਸੂਰਤ ਗਾਇਕਾ ਸਿਰਫ 5 ਮਿੰਟ ਲਈ ਟੀਨਾ ਸਿੰਘ ਜੀ ਇਸ ਦਾਤਾ ਕੇ ਦਰ ਕੀ ਬੜੀ ਸ਼ਾਨ ਨਿਰਾਲੀ ਹੈ ਕਭੀ ਖਾਲੀ ਨਹੀਂ ਜਾਤਾ ਜੋ ਮੰਗੇ ਆਏਗੀ ਲਾਡੀ ਸਟੂਡੀਓ ਘੁੰਮਣ ਯੋਗਾ ਸਰਪੰਚ ਸਾਹਿਬ ਜੀ ਸਾਰੇ ਇਲਾਕੇ ਦੀ ਸਮੂਹ ਸਾਧ ਸੰਗਤ ਸਾਰੇ ਲੋਕਾਂ ਦਾ ਸਾਰੀ ਸੰਗਤ ਦਾ ਸਾਰੇ ਸੱਜਣਾ ਮਿੱਤਰਾਂ ਦਾ ਦੇਸ਼ਾਂ ਵਿਦੇਸ਼ਾਂ ਵਿੱਚੋਂ ਆਈਆਂ ਸੰਗਤਾਂ ਦਾ ਦੂਰ ਦੁਰਾਡੇ ਆਈਆਂ ਸੰਗਤਾਂ ਦਾ ਅਸੀਂ ਬਾਬਾ ਜੀ ਵੱਲੋਂ ਬਹੁਤ ਬਹੁਤ ਧੰਨਵਾਦ